ਸਤਿ ਸ੍ਰੀ ਅਕਾਲ, ਮੈਂ ਹਾਂ ਚੰਚਲ ਮਨੋਹਰ ਸਿੰਘ, ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਦਰਸ਼ਕਾਂ ਨੂੰ ਇੱਕ ਅਜਿਹੀ ਮੁੱਦੇ ਨਾਲ ਸਾਂਝ ਪਾਵਾਂਗੇ ਕਿ ਉਹ ਹੁਣ ਤੱਕ ਇਸ ਪ੍ਰਕਾਰ ਦੀ ਵੀਡੀਓ ਕਿਸੇ ਨੇ ਬਣਾਈ ਨਹੀਂ, ਕਿਉਂਕਿ ਸਾਡੇ ਵੀ ਇੱਥੇ ਸੋਸ਼ਲ ਮੀਡੀਆ ਵਿੱਚ ਜਿਹੜਾ ਗੋਦੀ ਮੀਡੀਆ ਉਹਦੀ ਗਿਣਤੀ ਬਹੁਤ ਵੱਧ ਗਈ ਹੈ। ਉਹ ਯਾਨੀ ਕਿ ਰਹੀਸ ਸਿਆਸਤਦਾਨਾਂ ਨਾਲ ਵੀ ਸੰਬੰਧ ਰੱਖਦੇ ਨੇ, ਸਰਕਾਰ ਨਾਲ ਵੀ ਸੰਬੰਧ ਰੱਖਦੇ ਨੇ, ਉਹਦੇ ਉਹਨਾਂ ਨੂੰ ਕਈ ਬੈਨੀਫਿਟ ਹਨ। ਸੋ ਹੁਣ ਮੈਂ ਚਰਚਾ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ, ਚਾਹੇ ਹੁਣ ਇਸ ਦੁਨੀਆਂ 'ਚ ਨਹੀਂ ਰਹੇ ਪਰ ਪੰਜਾਬ ਦੀ ਲੰਬੀ ਹਿਸਟਰੀ ਉਹਨਾਂ ਦੇ ਨਾਂ ਨਾਲ ਜੁੜੀ ਹੋਈ ਹੈ, ਉਹਨਾਂ ਦੀ ਜਿਹੜੀ ਕਾਰਜ ਸ਼ੈਲੀ ਸੀ ਉਹਦੇ ਨਾਲ ਜੁੜੀ ਹੈ, ਉਹਨਾਂ ਦੇ ਗੁਨਾਹਾਂ ਨਾਲ ਜੁੜੀ ਹੋਈ ਹੈ, ਉਹਨਾਂ ਦੀਆਂ ਜਿਹਨੂੰ ਕਹੀਏ ਸਿਆਸੀ ਕਰਤੂਤਾਂ ਨਾਲ ਵੀ ਜੁੜੀ ਹੋਈ। ਸੋ ਉਹਨਾਂ ਦੇ ਸੀਗੇ ਦੋ ਰਾਜਕੁਮਾਰ। ਅੱਜ ਇਹ ਵੀਡੀਓ ਅਸੀਂ ਉਹਨਾਂ ਦੇ ਦੋ ਰਾਜਕੁਮਾਰਾਂ ਦੀ ਬਣਾਈ ਹੈ ਤੇ ਉਹਨਾਂ ਨੇ ਇਹਨਾਂ ਰਾਜਕੁਮਾਰਾਂ ਨੂੰ ਉੱਪਰ ਤਾਂ ਚੱਕਿਆ, ਪੰਜਾਬ ਦੇ ਪੰਥਕ ਜਿਹੜੇ ਨੌਜਵਾਨ ਪੀੜ੍ਹੀ ਸੀ ਉਸ ਨੂੰ ਤਾਂ ਇਹਨਾਂ ਨੇ ਦਰ ਕਿਨਾਰੇ ਕਰਤਾ, ਉਹਨੂੰ ਅੱਗੇ ਨਹੀਂ ਵਧਣ ਦਿੱਤਾ। ਉਹਦਾ ਕਾਰਨ ਇਹ ਸੀ ਕਿ ਉਹ ਆਪਣੇ ਰਾਜਕੁਮਾਰਾਂ ਨੂੰ ਅੱਗੇ 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 ਉੱਪਰ ਉੱਪਰ ਵਧਾਉਣੇ ਚਾਹੁੰਦੇ। ਇਹ ਦੋ ਰਾਜਕੁਮਾਰ ਕੌਣ ਹਨ? ਇਸ ਤੋਂ ਪਹਿਲੇ ਕਿ ਮੈਂ ਸ਼ੁਰੂ ਕਰਾਂ ਇਸ ਚਰਚਾ ਨੂੰ, ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਹੁਣ ਤੱਕ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਇਸ ਦੀ ਬੈੱਲ ਆਈਕਨ ਦਬਾਓ ਤਾਂ ਜੋ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰੀਏ ਅੰਮ੍ਰਿਤ ਪ੍ਰਸਾਰ 'ਤੇ ਉਸਦਾ ਸੁਨੇਹਾ ਤੁਹਾਨੂੰ ਜਲਦੀ ਹੀ ਮਿਲੇ, ਤੁਰੰਤ ਮਿਲੇ, ਉਸਦਾ ਕਮਿਊਨੀਕੇਸ਼ਨ ਸਿੱਧਾ ਤੁਹਾਡੇ ਕੋਲ ਉਸੇ ਵਕਤ ਪਹੁੰਚੇ ਤਾਂ ਜੋ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਉਸਦਾ ਨਿਰੀਖਣ ਕਰ ਸਕੋ। ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਸਾਡੀ ਜਿਹੜੀ ਕਮੈਂਟ ਪੱਟੀ ਆ ਉਹਦੇ ਵਿੱਚ ਆਪਣੇ ਵਿਚਾਰ ਚੰਗੇ ਹਨ, ਵੀਡੀਓ ਦੇ ਪਸੰਦ ਹੈ, ਨਹੀਂ ਪਸੰਦ ਹੈ, ਕਿੱਦਾਂ ਦੀ ਲੱਗੀ ਹੈ, ਉਹਦੇ ਵਿੱਚ ਆਪਣੇ ਵਿਚਾਰ ਦੇ ਸੁਝਾਅ ਜ਼ਰੂਰ ਦਰਜ ਕਰੋ। ਇਹਦੇ ਨਾਲ ਅਸੀਂ ਆਪਣੀਆਂ ਵੀਡੀਓ ਨੂੰ ਇੰਪਰੂਵ ਕਰਦੇ ਹਾਂ। ਔਰ ਮੇਰੀ ਆਪ ਜੀ ਨੂੰ ਇਹ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਚੈਨਲ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਓ, ਇਸ ਨੂੰ ਸਪਰੈਡ ਕਰੋ, ਇਸ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੇ ਦਰਸ਼ਕ ਨਵੇਂ ਬਣਨ ਉਹਨਾਂ ਨੂੰ ਸਬਸਕ੍ਰਾਈਬ ਕਰਨ ਲਈ ਵੀ ਕਹੋ, ਕਿਉਂਕਿ ਉਹਨਾਂ ਨੂੰ ਇੱਕ ਜਿਹੜੀ ਦਬੰਗ ਪੱਤਰਕਾਰੀ ਹੈ, ਇਮਾਨਦਾਰ ਪੱਤਰਕਾਰੀ ਹੈ, ਔਰ ਜਿਹਦੇ ਵਿੱਚ ਤੁਹਾਨੂੰ ਇਤਿਹਾਸਕ ਤੱਥ ਅਸੀਂ ਲਿਆ ਕੇ ਰਿਸਰਚ ਕਰਕੇ ਖੋਜ ਕਰਕੇ ਦਿੰਦੇ ਹਾਂ, ਉਹ ਉਹਨਾਂ ਤੱਕ ਵੀ ਪਹੁੰਚ ਸਕਣ। ਸੋ ਇਹ ਦੋ ਰਾਜਕੁਮਾਰ ਹਨ, ਪ੍ਰਕਾਸ਼ ਸਿੰਘ ਬਾਦਲ ਹਨ, ਉਹਨਾਂ ਦੇ ਛੋਟੇ ਭਰਾ ਗੁਰਦਾਸ ਬਾਦਲ ਹਨ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਅੱਗੋਂ ਜਿਹੜੇ ਰਾਜਕੁਮਾਰ ਹਨ ਉਹਨਾਂ ਬਾਰੇ ਇਹ ਵੀਡੀਓ ਹੈ। ਔਰ ਇੱਥੇ ਹੁਣ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ, ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ
ਗੁਰਦਾਸ ਬਾਦਲ ਦੇ ਪੁੱਤਰ ਹਨ ਤੇ ਸੁਖਵੀਰ ਬਾਦਲ ਦਾ ਤੇ ਤੁਹਾਨੂੰ ਪਤਾ ਹੀ ਹੈ। ਸੋ ਮੈਂ ਗੱਲ ਕਰ ਰਿਹਾ ਕਿ ਇਹਨਾਂ ਨੂੰ ਸਭ ਕੁਛ ਥਾਲੀ ਵਿੱਚ ਪੜੋਸ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰਵਾਦ ਨੂੰ, ਵੰਸ਼ਵਾਦ ਨੂੰ ਅੱਗੇ ਵਧਾਇਆ। ਔਰ ਤੁਸੀਂ ਇਸ ਵੀਡੀਓ ਰਾਹੀਂ, ਤੁਹਾਨੂੰ ਮੈਂ ਹੁਣ ਜੋ ਜਾਣਕਾਰੀ ਸ਼ੁਰੂ ਕਰਦਾ ਸੁਖਬੀਰ ਬਾਰੇ, ਤਾਂ ਅਸੀਂ ਕਾਫੀ ਕੁਝ ਕਹਿ ਸਕਿਆ, ਮੈਂ ਅੱਗੇ ਆ ਕੇ ਸੁਖਬੀਰ ਬਾਰੇ ਵੀ ਕਹਾਂਗਾ, ਪਰ ਮੈਂ ਪਹਿਲੇ ਸ਼ੁਰੂ ਕਰਦਾ ਮਨਪ੍ਰੀਤ ਬਾਦਲ ਤੋਂ। ਇਹ ਵੀ ਦੱਸਾਂਗਾ ਕਿ ਮਨਪ੍ਰੀਤ ਬਾਦਲ ਬਾਦਲ ਕਦੋਂ ਬਣਿਆ। ਇਹ ਜਿਹੜੇ ਦੋ ਰਾਜਕੁਮਾਰ ਹਨ, ਇੱਕ ਵੱਡੇ ਭਰਾ ਦਾ ਪੁੱਤ ਤੇ ਇੱਕ ਛੋਟੇ ਦਾ, ਇਹ ਦੋਨੋਂ ਜਦੋਂ ਪੰਜਾਬ ਵਿੱਚ ਮਿਲੀਟੈਂਸੀ ਸੀ, ਉਗਰਵਾਦ ਸੀ, ਵੱਖਵਾਦ ਦੀਆਂ ਲਹਿਰਾਂ ਚੱਲ ਰਹੀਆਂ ਸੀ, ਤਾਂ ਇਹ ਦੋਨੋਂ ਭਰਾਵਾਂ ਨੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਵੜਨ ਭੇਜੇ। ਸਿਆਣੇ ਸੀ, ਉਹਨਾਂ ਨੇ ਕਿਹਾ ਨਾਮ ਹੋਏਗਾ ਬਾਂਸ ਨਾ ਵਜੇਗੀ ਬੰਸਰੀ, ਨਾ ਇਹ ਬੱਚੇ ਇੱਥੇ ਹੋਣਗੇ, ਨਾ ਇਹਨਾਂ ਦੀ ਕੋਈ ਗੱਲ ਕਰੇਗਾ, ਨਾ ਇਹਨਾਂ ਦੇ ਜੀਵਨ ਨੂੰ ਕੋਈ ਖਤਰਾ ਹੋਏਗਾ। ਖਤਰਾ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਹੀਂ ਹੋਇਆ, ਥੋੜ੍ਹੀ ਜਿਹੀ ਚਰਚਾ ਬਾਅਦ 'ਚ ਕਰਾਂਗੇ। ਸੋ ਸੁਖਬੀਰ ਨੂੰ ਪੜ੍ਹਨ ਭੇਜ ਦਿੱਤਾ ਉਹਨਾਂ ਨੇ ਅਮਰੀਕਾ 'ਚ, MBA ਕਰਕੇ ਆਇਆ, ਮੈਨੇਜਮੈਂਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਅਤੇ ਜਿਹੜਾ ਛੋਟੇ ਭਰਾ ਦਾ ਬੇਟਾ ਸੀਗਾ ਮਨਪ੍ਰੀਤ ਬਾਦਲ, ਉਸ ਨੂੰ ਗੁਰਦਾਸ ਬਾਦਲ ਨੇ ਪੜ੍ਹਨ ਭੇਜ ਦਿੱਤਾ UK ਲੰਡਨ 'ਚ। ਉਹ ਬਾਰ ਐਟ ਲਾ ਕਰਕੇ ਆਇਆ ਵਕਾਲਤ ਦੀ ਪੜ੍ਹਾਈ। ਸੋ ਇਹਨਾਂ ਦਾ ਸੇਫ ਲਾਈਫ ਸੀਗੇ ਪੰਜਾਬ 'ਚ, ਯਾਨੀ ਕਿ ਨੌਜਵਾਨ ਬੱਚੇ, ਸਿੱਖ ਬੱਚੇ ਮਾਰੇ ਜਾ ਰਹੇ ਸੀ, ਤੋ ਇਜ਼ਹਾਰ ਆਲਮ ਵੀ ਮਾਰ ਰਿਹਾ ਸੀ ਔਰ ਸੁਮੇਧ ਸੈਨੀ ਵੀ ਮਾਰ ਰਿਹਾ ਸੀ, ਜਿਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਬਾਅਦ 'ਚ ਕਿੰਨਾ ਸਨਮਾਨਿਤ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ। ਇਜ਼ਹਾਰ ਆਲਮ ਨੂੰ ਤਾਂ ਉਹਨਾਂ ਨੇ ਆਪਣੀ ਪਾਰਟੀ ਦੀ ਮੈਂਬਰਸ਼ਿਪ ਵੀ ਦੇ ਦਿੱਤੀ, ਉਹਦੀ ਬੀਵੀ ਨੂੰ ਵੀ ਦੇ ਦਿੱਤੀ। ਯਾਨੀ ਸਿੱਖ ਨੌਜਵਾਨਾਂ ਨੂੰ ਫੇਕ ਇਨਕਾਊਂਟਰਾਂ 'ਚ ਮਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਬਾਦਲ ਅਕਾਲੀ ਦਲ ਦੇ ਬੁੱਢਲੀ ਮੈਂਬਰਸ਼ਿਪ ਦੇ ਕੇ ਉਹਨਾਂ ਨੂੰ ਪਦਵੀਆਂ ਦਿੱਤੀਆਂ, ਇਲੈਕਸ਼ਨਾਂ ਦਿੱਤੀਆਂ, ਟਿਕਟਾਂ ਦਿੱਤੀਆਂ। ਸੋ ਮੈਂ ਗੱਲ ਕਰ ਰਿਹਾ ਸੀ ਕਿ ਮਨਪ੍ਰੀਤ ਬਾਦਲ 1994-95 ਵਿੱਚ ਗਿੱਦੜਬਾਹ ਦੀ ਸੀਟ ਖਾਲੀ ਹੁੰਦੀ ਹੈ, ਇੱਥੇ ਕਾਂਗਰਸ ਦੇ ਰਘਵੀਰ ਸਿੰਘ ਜਿੱਤੇ ਸੀ ਪਹਿਲੇ ਜਨਰਲ ਇਲੈਕਸ਼ਨ 'ਚ, ਪਰ ਉਹਨਾਂ ਦੀ ਜਿਹੜੀ ਸੀਗੀ ਜਿੱਤ ਉਹ ਥੋੜ ਚਿਰੀ ਸੀ, ਕਿਉਂਕਿ ਉਹਨਾਂ ਦੀ ਚੈਲੰਜ ਕਰ ਦਿੱਤੀ ਗਈ ਇਲੈਕਸ਼ਨ ਜਿੱਤ, ਅਤੇ ਉਹਦੇ ਵਿੱਚ ਕੋਈ ਟੈਕਨੀਕਲ ਫਲਾ ਵੀ ਸਨ, ਕੋਈ ਉਹਦੇ ਵਿੱਚ ਵਾਇਲੇਸ਼ਨ ਵੀ ਕੀਤੀਆਂ ਉਹਨਾਂ ਨੇ, ਜਿਹੜੀਆਂ ਕਿ ਇਲੈਕਸ਼ਨ ਲਾ ਮੁਤਾਬਕ ਪ੍ਰੋਹਿਬਿਟਿਡ ਸਨ, ਮਨਾਈ ਸੀ ਉਹਨਾਂ ਦੀ। ਉਹਨਾਂ ਦੀ ਚੋਣ ਕਾਊਂਟਰਮੈਂਡ ਹੋ ਗਈ, ਯਾਨੀ ਕਿ ਉਹਨਾਂ ਦੀ ਚੁਣੀ ਹੋਈ ਜਿਹੜੀ ਉਹਨਾਂ ਦੀ ਇਲੈਕਸ਼ਨ ਸੀ ਉਸਨੂੰ ਖਤਮ ਕਰਤਾ, ਸਕ੍ਰੈਪ ਕਰਤਾ, ਉਹਨਾਂ ਦੀ ਕਾਊਂਟਰਮੈਂਡ ਕਰਤੀ। ਹੁਣ ਹੋਇਆ ਕਿ ਗਿੱਦੜਬਾਹ ਦੀ ਸੀਟ ਖਾਲੀ ਹੋ ਗਈ, ਸੋ ਪ੍ਰਕਾਸ਼ ਸਿੰਘ ਬਾਦਲ ਉੱਥੇ ਲਿਆਏ ਮਨਪ੍ਰੀਤ ਬਾਦਲ। ਉਸ ਵੇਲੇ ਉਹ ਬਾਦਲ ਨਹੀਂ ਸੀ ਬਣਿਆ, ਮੈਂ ਤੁਹਾਨੂੰ ਦੱਸਦਾ ਉਹ ਬਾਦਲ ਬਣਿਆ ਕਿਵੇਂ, ਬੜੀ ਇੰਟਰਸਟਿੰਗ ਸਟੋਰੀ ਹੈ।
ਤੁਸੀਂ ਇਸ ਨੂੰ ਰੈਲਿਸ਼ ਕਰੋਗੇ, ਇੰਜੋਏ ਕਰੋਗੇ। ਉਹ ਸੀਗਾ ਮਨਪ੍ਰੀਤ ਸਿੰਘ ਢਿੱਲੋਂ। ਉਸਨੇ ਜਿਹੜਾ ਚੋਣ ਲਈ ਇਲੈਕਸ਼ਨ ਕੈਂਪ ਬਣਾਇਆ, ਉਹਨੇ ਆਪਣੇ ਮਾਮੇ ਦੇ ਘਰ ਬਣਾਇਆ। ਤੋ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਚੋਣ ਵਿੱਚ ਇੰਟਰੋਡਿਊਸ ਕੀਤਾ, ਲਾਂਚ ਕੀਤਾ, ਉਹਨਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਮਨਪ੍ਰੀਤ ਸਿੰਘ ਢਿੱਲੋਂ, ਅੱਜ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਬਣਾ ਦਿੱਤਾ। ਹੁਣ ਉਹ ਬਾਦਲ ਬਣ ਗਏ, ਯਾਨੀ ਕਿ ਦੂਸਰੇ ਰਾਜਕੁਮਾਰ ਦੀ ਤਾਜਪੋਸ਼ੀ ਕਰਤੀ ਉਹਨਾਂ ਨੇ ਅਕਾਲੀ ਦਲ 'ਚ। ਇਸ ਚੋਣ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਇਹ ਹੁਣ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਪਾਣ ਵੀ ਕਰਨਗੇ। ਇਹ ਸਮੱਸਿਆ ਭਾਰਤੀ ਹੈ ਨਾ ਬਾਦਲ ਸਾਹਿਬ, ਆਪ ਤੇ ਬਾਦਲ ਸਾਹਿਬ ਪਤਾ ਨਹੀਂ ਅੰਮ੍ਰਿਤਧਾਰੀ ਸੀ ਕਿ ਨਹੀਂ, ਸੁਖਵੀਰ ਵੀ ਨਹੀਂ ਸੀ, ਪਰ ਇਹਨੂੰ ਫਸਾ ਤਾ। ਸੋ ਇਹ ਜਿੱਤ ਤੋਂ ਬਾਅਦ ਇਹ ਜਿੱਤ ਗਿਆ ਗਿੱਦੜਵਾ ਤੋਂ, ਫਿਰ ਇਹ ਜਾ ਕੇ ਇਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਿਆ। ਇੱਕ ਗੱਲ ਜ਼ਰਾ ਯਾਦ ਰੱਖਿਓ, ਅੰਮ੍ਰਿਤ ਕਿੱਥੋਂ ਹੋਰੋਂ ਨਹੀਂ ਛਕਿਆ, ਜਿਸ ਤਰ੍ਹਾਂ ਬਾਦਲ ਸਾਹਿਬ ਨੇ ਅਨਾਊਂਸਮੈਂਟ ਕੀਤੀ ਸੀ, ਉਸ ਅਨਾਊਂਸਮੈਂਟ ਮੁਤਾਬਕ ਇਹਨਾਂ ਨੇ ਅੰਮ੍ਰਿਤ ਛਕਿਆ ਅਕਾਲ ਤਖ਼ਤ ਸਾਹਿਬ। ਲਓ ਜੀ, ਹੁਣ ਅੰਮ੍ਰਿਤ ਛਕਣਾ ਤੇ ਸੌਖਾ, ਪਰ ਇਸ ਦੀ ਮਾਣ ਮਰਿਆਦਾ ਰੋਜ਼ਾਨਾ ਜੀਵਨ ਵਿੱਚ ਹੰਢਾਣੀ ਬਹੁਤ ਔਖੀ ਹੈ। ਉਹਨਾਂ ਨੇ ਜਿਹੜੀ ਆਪਣੇ ਦਾੜੀ ਦੂੜੀ ਵਧਾਈ ਸੀ, ਚੰਗੀ ਗੱਲ ਸੀ, ਉਹਨਾਂ ਨੇ ਕਿਰਪਾਨ ਵੀ ਪਾ ਲਈ। ਤੋ ਥੋੜ੍ਹੀ ਦੇਰ ਬਾਅਦ MLA ਬਣਨ ਤੋਂ ਬਾਅਦ ਉਹਨਾਂ ਨੇ ਪਤਿਤ ਹੋ ਗਏ। ਇਹ ਜਿਹੜਾ ਸਿੱਖ ਆਪਣੇ ਰੋਮਾਂ ਦਾ ਬੇਅਦਬੀ ਕਰਦਾ, ਉਹਨਾਂ ਨੂੰ ਕੱਟਦਾ, ਟ੍ਰਿਮ ਕਰਦਾ, ਉਹ ਆਪਣੇ ਕਿਸਮ ਦੀ ਰੋਮਾਂ ਦੀ ਬੇਅਦਬੀ ਹੈ, ਪਤਿਤ ਪੁਣਾ। ਪਰ ਇੱਕ ਅਕਾਲ ਤਖ਼ਤ ਤੋਂ ਹੋਇਆ ਅੰਮ੍ਰਿਤਧਾਰੀ, ਕਿਰਪਾਨ ਪਾ ਕੇ ਉੱਥੇ ਵਚਨਬੱਧ ਹੋ ਕੇ ਉਸਨੇ ਆ ਕੇ ਕਿਰਪਾਨ ਵੀ ਲਾਤੀ, ਤੇ ਉਹਦਾ ਚਿਹਰਾ ਮੋਹਰਾ ਤੇ ਤੁਸੀਂ ਹੁਣ ਸਾਰੇ ਹੀ ਦੇਖਦੇ ਹੋ, ਕੈਂਚੀ ਲਾ ਕੇ ਤੇ ਉਹਨਾਂ ਨੇ ਟ੍ਰਿਮ ਕੀਤੀ, ਆਪ ਕੀਤੀ ਜਾਂ ਨਾਈ ਕੋਲ ਗਏ ਮੈਨੂੰ ਨਹੀਂ ਪਤਾ, ਪਰ ਤੁਸੀਂ ਸਾਰੇ ਦੇਖਦੇ ਹੋ। ਇਹ ਇੱਕ ਵਿਲੱਖਣ ਕਿਸਮ ਦਾ ਪਤਿਤ ਇਨਸਾਨ ਹੈ ਮਨਪ੍ਰੀਤ ਬਾਦਲ। ਬਾਦਲ ਬਣ ਗਿਆ, ਢਿੱਲੋਂ ਪਿੱਛੇ ਰਹਿ ਗਿਆ। ਤੋ ਇਹ ਬਾਦਲ ਸਾਹਿਬ ਦਾ ਜਿਹੜੇ ਦੋ ਰਾਜਕੁਮਾਰ ਹੈ ਉਹਨਾਂ ਚੋਂ, ਇਸ ਨੂੰ ਉਹਨਾਂ ਨੇ ਪਹਿਲੀ ਚੋਣ ਤੋਂ ਬਾਅਦ ਹੀ ਫਾਈਨਾਂਸ ਮਿਨਿਸਟਰ ਬਣਾ ਦਿੱਤਾ। ਜਦੋਂ ਇਹ ਫਾਈਨਾਂਸ ਮਿਨਿਸਟਰ ਬਣ ਕੇ ਪਹਿਲਾ ਬਜਟ ਪੇਸ਼ ਕੀਤਾ ਇਹਨੇ, ਮੈਂ ਅੰਦਰ ਉਸ ਵੇਲੇ ਅਸੈਂਬਲੀ 'ਚ ਬੈਠਾ ਹੋਇਆ ਸੀ, ਇਹ ਬਿਲਕੁਲ ਕਾਰਪੋਰੇਟ ਢੰਗ ਨਾਲ ਸੂਟ ਪਾ ਕੇ ਆਇਆ, ਟਾਈ ਲਾ ਕੇ ਆਇਆ। ਤੋ ਇਹਦੀ ਟਾਈ ਦਾ ਰੰਗ, ਇਹਦੇ ਬੂਟਾਂ ਦਾ ਰੰਗ, ਇਹਦੀ ਪੈਂਟ ਦੀ ਬੈਲਟ ਦਾ ਰੰਗ, ਤੇ ਜਿਹੜਾ ਇਹ ਟੈਚੀ ਫੜ ਕੇ ਲਿਆਇਆ ਚਮੜੇ ਦਾ,
ਮਲਟੀਨੈਸ਼ਨਲ ਕੰਪਨੀ ਦਾ ਉਹ ਸਾਰੇ ਮੈਚਿੰਗ ਕਰਦੀ ਸੀ ਰਾਜਕੁਮਾਰ। ਸੋ ਇਹ ਸੀ ਦੌਰ ਰਾਜਕੁਮਾਰ। ਹੁਣ ਇਸ ਰਾਜਕੁਮਾਰ ਦੀ ਤੁਹਾਨੂੰ ਹਿਸਟਰੀ ਦੱਸਣੀ ਜ਼ਰੂਰੀ ਹੈ। ਫਿਰ ਇਹ ਦੋ ਰਾਜਕੁਮਾਰਾਂ ਵਿੱਚ ਲੜਾਈ ਪੈ ਗਈ। ਪ੍ਰਕਾਸ਼ ਸਿੰਘ ਬਾਦਲ ਦਾ ਮੋਹ ਆਪਣੇ ਪੁੱਤਰ ਚ ਸੀ, ਸੁਖਬੀਰ ਬਾਦਲ ਚ। ਤੋ ਰਾਜਕੁਮਾਰ ਜਿਹੜਾ ਅਸਲੀ ਸੀ ਉਸ ਰਾਜਕੁਮਾਰ ਦੀ ਦੇਖਭਾਲ ਖਿਆਲ ਉਸਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਗਿਆ। ਛੋਟਾ ਰਾਜਕੁਮਾਰ ਛੋਟਾ ਰਹਿ ਗਿਆ, ਵੱਡੇ ਭਰਾ ਦਾ ਰਾਜਕੁਮਾਰ ਵੱਡਾ ਹੋ ਗਿਆ। ਚਲੋ ਰਾਜਕੁਮਾਰ ਤੇ ਰਾਜਕੁਮਾਰ ਵੀ ਹੁੰਦਾ। ਸੋ ਇਹਨੂੰ ਇੱਕ ਗਾਣਾ ਹੈ, ਰਾਜਕੁਮਾਰ ਫਿਲਮ ਹੈ, ਉਹਦੇ ਚ ਗਾਣਾ ਹੈ, ਆਗੇ ਪਿੱਛੇ ਮੇਰੀ ਸਰਕਾਰ ਹਮ ਤੋ ਹੈ ਰਾਜਕੁਮਾਰ। ਸੋ ਇਹ ਦੋ ਰਾਜਕੁਮਾਰ ਪੰਜਾਬ ਦੀ ਸਿਆਸਤ ਵਿੱਚ ਦਾਖਲ ਹੋ ਗਏ ਔਰ ਇਹਨਾਂ ਦੀ ਫਿਰ ਆਪੋ ਚ ਲੜਾਈ ਹੋ ਗਈ। ਜਦੋਂ ਇਹਨਾਂ ਦੀ ਝਗੜਾ ਹੋ ਗਿਆ ਤੇ ਪਿਓ ਦਾ ਮੋਹ ਤੇ ਪੁੱਤ ਵੀ ਸੀ ਨਾ, ਵੱਡਾ ਰਾਜਕੁਮਾਰ ਜਿਹੜਾ ਸੀਗਾ ਉਹਦੇ ਹੱਕ ਚ ਹੋ ਗਿਆ ਪ੍ਰਕਾਸ਼ ਸਿੰਘ ਬਾਦਲ, ਇਹਨੂੰ ਪਾਰਟੀ ਛੱਡਣੀ ਪਈ। ਇਹਨੇ ਦੋ ਇਲੈਕਸ਼ਨਾਂ ਜਿੱਤੀਆਂ ਅਕਾਲੀ ਦਲ ਦੀ ਟਿਕਟ ਤੇ, ਉਸ ਤੋਂ ਬਾਅਦ ਇਹ ਪਾਰਟੀ ਛੱਡ ਗਿਆ, ਇਹਨੂੰ ਮਜਬੂਰ ਕਰ ਦਿੱਤਾ ਗਿਆ ਇਹ ਪਾਰਟੀ ਛੱਡ ਦੇ। ਉਹਦੇ ਬਾਅਦ ਹੋਇਆ ਕੀ, ਇਸ ਨੇ ਇੱਕ ਆਪ ਪੰਜਾਬ ਪੀਪਲ ਪਾਰਟੀ ਬਣਾ ਲਈ। ਹੁਣ ਐਡਾ ਵੱਡਾ ਲੀਡਰ ਤੇ ਹੈ ਨਹੀਂ ਸੀ ਨਾ, ਜਿਹੜਾ ਕਿ ਇੱਕ ਨਵੇਂ ਸਿਰਿਓਂ ਮੁੱਢ ਬਣ ਕੇ ਪੰਜਾਬ 'ਚ ਪਾਰਟੀ ਖੜੀ ਕਰਦਾ। ਇਹਦੇ ਨਾਲ ਅੱਜ ਕੱਲ੍ਹ ਜਿਹੜੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ, ਉਹ ਵੀ ਇਹਦੀ ਪਾਰਟੀ 'ਚ ਹੀ ਸੀਗੇ, ਇਹ ਦੋਨੋਂ ਇਕੱਠੇ ਸੀ ਇਸ ਪਾਰਟੀ। ਦੋ ਸਾਲ ਦੋ ਸਾਲ ਢਾਈ ਸਾਲ ਇਹਨਾਂ ਨੇ ਪਾਰਟੀ ਚਲਾਈ, ਫਿਰ ਇਹਨਾਂ ਨੂੰ ਇਹਨਾਂ ਤੋਂ ਇੰਨੀ ਮਿਹਨਤ ਹੋਈ ਨਹੀਂ ਕਿਉਂਕਿ ਬਾਦਲ ਸਾਹਿਬ ਨੇ ਤੇ ਇਹਨਾਂ ਨੂੰ ਸਿਆਸਤ ਵਿੱਚ ਜਨਮ ਲੈਂਦਿਆਂ ਹੀ ਵੱਡੀਆਂ ਪਦਵੀਆਂ ਦੇ ਦਿੱਤੀਆਂ, ਮਨਿਸਟਰੀਆਂ ਬਣਾ ਦਿੱਤੀਆਂ। ਪਾਰਟੀ ਬਣਾਉਣ ਲਈ ਤੇ ਬੜਾ ਸੰਘਰਸ਼ ਕਰਨਾ ਪੈਂਦਾ, ਲੋਕਾਂ 'ਚ ਵਿਚਰਨਾ ਪੈਂਦਾ, ਲੋਕਾਂ ਦੇ ਹੱਕਾਂ ਲਈ ਲੜਨਾ ਪੈਂਦਾ, ਐਜੀਟੇਸ਼ਨ ਕਰਨੀਆਂ ਪੈਂਦੀਆਂ। ਇਹ ਸਾਰਾ ਕੁਛ ਜੋ ਸਿਆਸਤ ਵਿੱਚ ਆਪਣਾ ਅਸਤਿਤਵ ਬਣਾਉਣ ਲਈ ਕੀਤਾ ਜਾਂਦਾ, ਹਾਰਡ ਵਰਕ, ਲੋਕਾਂ ਦੇ ਹੱਕਾਂ ਲਈ ਧਰਨੇ ਦੇਣੇ, ਜਲੂਸ ਕੱਢਣੇ, ਪ੍ਰੋਟੈਸਟ ਕਰਨੇ, ਪ੍ਰਦਰਸ਼ਨਕਾਰੀਆਂ ਕਰਨੀਆਂ, ਅਫਸਰਾਂ ਨੂੰ ਕ੍ਰਿਟੀਸਾਈਜ਼ ਕਰਨਾ ਸਰਕਾਰਾਂ ਨੂੰ, ਇਹ ਛੋਟੇ ਰਾਜਕੁਮਾਰ ਦੇ ਵੱਸ ਦਾ ਕੰਮ ਨਹੀਂ ਸੀ। ਇਸ ਨੇ ਪਾਰਟੀ ਜਿਹੜੀ ਸੋਚਿਆ ਕਿ ਵਾਇੰਡ ਅਪ ਕਰ ਦਿਓ, ਇਹਦੇ ਜਿਹੜੇ ਮੈਂਬਰ ਇਹਨੇ ਭਰਤੀ ਵੀ ਕੀਤੇ ਸੀ ਉਹ ਵੀ ਇਹਨੂੰ ਛੱਡ ਕੇ ਚਲੇ ਗਏ ਕਿਉਂਕਿ ਪਾਰਟੀ ਕਿੱਥੇ ਸਿਰੇ ਨਾ ਲੱਗ ਸਕੀ। ਫਿਰ ਇਸ ਨੇ ਕਾਂਗਰਸ ਜੁਆਇਨ ਕਰ, ਯਾਨੀ ਅਕਾਲੀ ਦਲ ਤੋਂ ਪੀਪਲ ਪਾਰਟੀ ਆਫ ਪੰਜਾਬ, ਪੀਪਲ ਪਾਰਟੀ ਆਫ ਪੰਜਾਬ ਤੋਂ ਅਕਾਲੀ ਦਲ ਦੀ ਵਿਚਾਰਧਾਰਾ ਤੇ ਜਿਸ ਪਾਰਟੀ ਨਾਲ ਲੜਾਈ ਸੀ ਕਾਂਗਰਸ, ਜਿਸਨੇ ਅਕਾਲ ਤਖਤ ਸਾਹਿਬ ਤੇ ਜੋ ਹਮਲਾ ਕਰਵਾਇਆ ਫੌਜ ਦਾ, ਉਹ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਰਾਇਆ ਸੀ। ਸੋ ਇਹਨਾਂ ਦੀ ਕੋਈ ਵਿਚਾਰਧਾਰਾ ਤੇ ਸੀ ਨਹੀਂ ਰਾਜਕੁਮਾਰਾਂ ਦੀ, ਨਾ ਹੀ ਸੁਖਬੀਰ ਬਾਦਲ ਦੀ ਹੈ ਵੱਡੇ ਰਾਜਕੁਮਾਰ ਦੀ, ਨਾ ਇਹ ਛੋਟੇ ਰਾਜਕੁਮਾਰ।
ਤਾਂ ਇਹਨੂੰ ਕੋਈ ਸ਼ਰਮ ਹੀ ਨਹੀਂ ਆਈ, ਇਹ ਕਾਂਗਰਸ ਚਲੇ ਗਏ, ਕਾਂਗਰਸ ਚਲੇ ਗਏ ਇਹਨਾਂ ਨੂੰ ਟਿਕਟ ਮਿਲ ਗਈ, ਇਹ ਜਿੱਤ ਗਏ, ਇਹ ਜਿੱਤ ਗਏ ਤੇ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫਾਈਨਾਂਸ ਮਿਨਿਸਟਰ ਬਣਾ ਤਾ। ਇਹ ਜਿਹੜਾ ਪੰਜਾਬ ਦਾ ਭੱਠਾ ਬੈਠਾ ਹੋਇਆ ਨਾ, ਇਹ ਇਹਨਾਂ ਦੇ ਦੋ ਜਿਹੜੀਆਂ ਟਰਮ ਕੱਟੀਆਂ ਹਨ ਪੰਜਾਬ 'ਚ ਐਜ ਏ ਫਾਈਨਾਂਸ ਮਿਨਿਸਟਰ, ਸੂਟ ਪਾ ਕੇ ਤੋ ਕਾਰਪੋਰੇਟ ਵਾਲਾ ਟੈਚੀ ਲੈ ਕੇ ਤੇ ਟਾਈਆਂ ਲਾ ਕੇ। ਸੋ ਇਹ ਜੀ ਫਾਈਨਾਂਸ ਮਿਨਿਸਟਰ ਦੂਜੀ ਵਾਰੀ ਬਣ। ਚਲੋ 5 ਸਾਲ ਫਾਈਨਾਂਸ ਮਿਨਿਸਟਰ ਰਹੇ, ਉਹਦੇ ਬਾਅਦ ਕਾਂਗਰਸ ਦੀ ਸਰਕਾਰ ਚਲੀ ਗਈ, ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਵੀ ਛੱਡਤੀ। ਕਾਂਗਰਸ ਇਸ ਲਈ ਛੱਡੀ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਬਣ ਗਈ ਤਾਂ ਭਗਵੰਤ ਮਾਨ ਨੇ ਇਹਨਾਂ 'ਤੇ 2 ਪਲਾਟਾਂ ਦਾ ਕੇਸ ਰਜਿਸਟਰ ਕਰਤਾ ਬਠਿੰਡੇ 'ਚ। ਇਹਨਾਂ ਨੇ 2 ਪਲਾਟ ਲਏ ਸੀ, ਉਹ ਕਮਰਸ਼ਲ ਇੰਡਸਟਰੀਅਲ ਏਰੀਏ ਦੇ ਪਲਾਟ ਸੀ, ਉਹਨਾਂ 'ਚ ਇਹਨਾਂ ਨੇ ਆਪਣਾ ਦਬਾਦਬੂ ਪਾ ਕੇ ਉਹਨਾਂ ਨੂੰ ਰੈਜੀਡੈਂਸ਼ੀਅਲ ਬਣਵਾ ਦਿੱਤਾ। ਰੈਜੀਡੈਂਸ਼ੀਅਲ ਬਣਵਾ ਕੇ ਬੇਨਾਮੀ 2 ਪਲਾਟ ਖਰੀਦ ਲਏ, ਜਿਹਨਾਂ ਲੋਕਾਂ ਨੇ ਖਰੀਦੇ ਸੀ ਉਹਨਾਂ ਕੋਲ ਤੇ ਪੈਸੇ ਵੀ ਕੋਈ ਨਹੀਂ ਸੀ, ਪੈਸੇ ਬੈਕਗਰਾਊਂਡ 'ਚ ਇਹ ਦੇ ਰਹੇ ਸੀ, ਉਹਨਾਂ ਤੋਂ ਫਿਰ ਇਹਨਾਂ ਨੇ ਖਰੀਦ ਲਏ ਆਪਣੇ ਨਾਂ 'ਤੇ। ਉਹ ਫਰਾਡ ਦਾ ਕੇਸ ਰਜਿਸਟਰ ਹੋ ਗਿਆ, ਹਾਲੇ ਵੀ ਹੈ, ਪੰਜਾਬ ਵਿਜੀਲੈਂਸ ਨੇ ਕੇਸ ਰਜਿਸਟਰ ਕੀਤਾ ਹੋਇਆ। ਇਹਨਾਂ ਨੇ ਬੜੀਆਂ ਸ਼ੋਰ ਸ਼ਰਾਬ ਪਾਇਆ, ਚੀਕਾਂ ਮਾਰੀਆਂ ਕਿ ਮੇਰੇ 'ਤੇ ਝੂਠਾ ਕੇਸ ਬਣਾ ਦਿੱਤਾ। ਕੇਸ 'ਤੇ ਝੂਠਾ ਹੈ ਨਹੀਂ ਸੀ, ਜਿਹੜੀ ਉਸ ਅਫਸਰ ਸੀਗੀ ਡਿਵੈਲਪਮੈਂਟ ਦੀ ਜਿਹਦੇ ਦਸਖਤਾਂ ਹੇਠ ਇਹ ਪਲਾਟ ਕਨਵਰਟ ਹੋਣੇ ਸੀ ਅਤੇ ਇਹਦੇ ਨਾਂ 'ਤੇ ਹੋਣੇ ਸੀ, ਉਹਦੇ ਦਸਖਤਾਂ ਤੋਂ ਬਿਨਾਂ ਹੀ ਇਹ ਸਾਰੀ ਕਾਰਵਾਈ ਹੋ ਗਈ। ਉਹ ਕੇਸ ਦੇ ਅਗੇਂਸਟ ਹਲੇ ਵੀ ਹੈ। ਫਿਰ ਇਸ ਦੀ ਹੋਰ ਵੀ ਇਹਦੀ ਜੋ ਇਹਦੀ ਇਹਨੇ ਜੋ ਕਮਾਇਆ ਸਿਆਸਤ 'ਚੋਂ, ਤੁਹਾਨੂੰ ਪਤਾ ਹੀ ਹੈ ਸਿਆਸਤ 'ਚ ਤਾਂ MLA ਦੀ ਮਾਣ ਹੁੰਦਾ, 2 ਵਾਰੀ ਮਨਿਸਟਰ ਰਿਹਾ। ਸੋ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕਾਂਗਰਸ ਛੱਡ ਦਿੱਤੀ। ਕੈਪਟਨ ਅਮਰਿੰਦਰ ਸਿੰਘ ਗਏ BJP 'ਚ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਪਰਿਵਾਰ 'ਤੇ ਕੇਸ ਸੀਗੇ, ਉਹਦੀ ਬੀਵੀ 'ਤੇ ਕੇਸ ਸੀਗਾ, ਉਹਦਾ ਸਵਿਟਜ਼ਰ ਬੈਂਕ ਵਿੱਚ ਅਕਾਊਂਟ ਹੈ, ਮਨੀ ਲਾਂਡਰਿੰਗ ਦਾ ਕੇਸ ਸੀਗਾ ਕੈਪਟਨ ਅਮਰਿੰਦਰ ਸਿੰਘ 'ਤੇ, ਉਹਦੇ ਮੁੰਡੇ 'ਤੇ ਅਸਲੀ ਰਾਜਕੁਮਾਰ 'ਤੇ ਵੀ ਕੇਸ ਸੀਗਾ ਕਿ ਉਹਨੇ ਲੰਡਨ 'ਚ 2 ਮਕਾਨ ਖਰੀਦੇ, ਕਿੱਥੋਂ ਆਇਆ ਪੈਸਾ। ਸੋ ਬਾਂਹ ਮਰੋੜੀ ED ਨੇ, ਉਹ 3 ਪੁਸ਼ਤਾਂ ਲੈ ਕੇ ਕਾਂਗਰਸ ਤੋਂ BJP 'ਚ ਚਲੇ ਗਏ। BJP 'ਚ ਆਪ ਗਏ, ਆਪਣੀ ਬੇਟੀ ਨੂੰ ਵੀ ਲੈ ਗਏ, ਆਪਣੇ ਦੋਤੇ ਨੂੰ ਵੀ ਲੈ ਗਏ। ਸੋ 3 ਪੁਸ਼ਤਾਂ BJP 'ਚ ਚਲੀਆਂ ਗਈਆਂ ਜਿਨ੍ਹਾਂ ਨੇ ਕਾਂਗਰਸ ਤੋਂ ਇੰਨਾ ਕੁਝ ਪਾਇਆ। ਸੋ ਇਹ ਵੀ ਚਲੇ ਗਏ ਕਾਂਗਰਸ, ਕਾਂਗਰਸ ਤੋਂ ਇਹ ਚਲੇ ਗਏ BJP 'ਚ, ਇਹ ਵੀ BJP 'ਚ ਚਲੇ ਗਏ, ਹੁਣ ਇਹ BJP 'ਚ। ਤੋ ਇਸ ਰਾਜਕੁਮਾਰ ਦੀ ਅਗਲੀ ਜੋ ਸਟੋਰੀ ਹੈ ਉਹ ਇਹ ਹੈ ਕਿ ਗਿੱਦੜਬਾਦ ਤੋਂ ਇਹਨਾਂ ਨੇ ਫਿਰ ਚੋਣ ਲੜੀ,
ਪਹਿਲੇ ਗਿੱਦੜਬਾਹਾ ਤੋਂ ਭੱਜ ਕੇ ਬਠਿੰਡੇ ਚਲੇ ਗਏ ਸੀ, ਉੱਥੇ ਇੱਕ ਚੋਣ ਜਿੱਤ ਲਈ ਇਹਨਾਂ ਨੇ MLA ਦੀ। ਤੋ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਫਾਈਨਾਂਸ ਮਿਨਿਸਟਰ ਬਣਾਇਆ ਸੀ, ਬਠਿੰਡੇ ਤੋਂ ਹੀ ਜਿੱਤੇ ਸੀ। ਹੁਣੇ ਆ ਗਏ ਵਾਪਸ, ਫਿਰ BJP ਨੇ ਜਦੋਂ ਜਨਰਲ ਇਲੈਕਸ਼ਨ ਹੋਈਆਂ ਤਾਂ ਇਹਨਾਂ ਨੂੰ BJP ਪਾਰਲੀਮੈਂਟ ਦੀ ਟਿਕਟ ਤੇ ਚੋਣ ਲੜਾਉਣਾ ਚਾਹੁੰਦੀ ਸੀ ਬਠਿੰਡੇ ਤੋਂ, ਇਹ ਭੱਜ ਗਏ। ਇਹਨਾਂ ਨੇ ਬਿਮਾਰੀ ਦਾ ਬਹਾਨਾ ਲਾ ਲਿਆ ਕਿ ਇਹਨਾਂ ਨੂੰ ਦਿਲ ਦਾ ਰੋਗ ਹੈ, ਇਹ ਇਲਾਜ ਕਰਾ ਰਹੇ ਹਨ, ਤੇ ਦਿਲ ਦੇ ਰੋਗ ਦੇ ਬਹਾਨੇ ਨਾਲ ਇਹਨਾਂ ਨੇ ਚੋਣ ਪਾਰਲੀਮੈਂਟ ਤੇ ਲੜਨ ਤੋਂ ਇਨਕਾਰ ਕਰਤਾ। BJP ਦੇਖਦੀ ਰਹਿ ਗਈ ਹੱਕੀ ਬੱਕੀ, ਚਲੋ ਕੋਈ ਗੱਲ ਨਹੀਂ, BJP ਨੂੰ ਕੋਈ ਸੀਟ ਵੀ ਨਹੀਂ ਆਈ। ਤੋ ਉਹਦੇ ਬਾਅਦ ਇਹਨਾਂ ਨੇ ਜਦੋਂ ਹੁਣ ਅਸੈਂਬਲੀ ਦੀਆਂ 4 ਬਾਈ ਇਲੈਕਸ਼ਨਾਂ ਹੋਈਆਂ ਤਾਂ ਹੁਣ ਤੇ ਇਹਨਾਂ ਕੋਲ ਕੋਈ ਬਹਾਨਾ ਨਹੀਂ ਸੀ, ਤੋ ਇਸ ਛੋਟੇ ਰਾਜਕੁਮਾਰ ਨੂੰ ਗਿੱਦੜਬੇ ਤੋਂ ਟਿਕਟ ਦੇ ਦਿੱਤੀ। ਗਿੱਦੜਬਾਹ ਤੋਂ ਹੋਇਆ ਕੀ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ, ਔਰ ਜ਼ਮਾਨਤ ਇੰਨੀ ਬੁਰੀ ਤਰ੍ਹਾਂ ਜ਼ਬਤ ਹੋਈ ਹੈ, ਇਹਨਾਂ ਨੂੰ ਕੁੱਲ ਵੋਟਾਂ ਜੋ ਪਈਆਂ ਉਹ ਪਈਆਂ 12,227, ਇਹ ਤੀਜੇ ਨੰਬਰ ਤੇ ਆਏ, ਫੜ ਹੀ ਰਹਿ ਗਏ। ਅਮ੍ਰਿਤਾ ਵੜਿੰਗ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਘਰਵਾਲੀ ਨੂੰ ਪਈਆਂ 49,675, ਅਤੇ ਜਿਹੜਾ ਜੇਤੂ ਰਿਹਾ ਹਰਦੀਪ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ, ਉਸਨੂੰ ਵੋਟਾਂ ਪਈਆਂ 71,644। ਬੜੇ ਜੀ ਇਹਨਾਂ ਨੇ ਸ਼ੇਰਾ ਸ਼ਾਇਰੀ ਕੀਤੀ, ਇਹਨਾਂ ਨੇ ਬੜੀ ਖੱਪ ਪਾਈ ਕਿ ਗਿੱਦੜਵਾ ਚ ਲੋਕ ਮੈਨੂੰ ਬੜਾ ਪਿਆਰ ਕਰਦੇ। ਤੋ ਜ਼ਮਾਨਤ ਜ਼ਬਤ ਹੋ ਗਈ। ਤੁਹਾਨੂੰ ਪਤਾ ਸੁਖਬੀਰ ਆ ਰਿਹਾ, ਉਹਦਾ ਪਿਓ ਹਾਰਿਆ, ਉਹਦਾ ਭਣਈਆ ਹਾਰਿਆ 2022 ਦੀਆਂ ਚੋਣਾਂ ਚ ਅਸੈਂਬਲੀ ਚ, ਇਹਨਾਂ ਦੇ ਖਾਨਦਾਨ ਦਾ ਕੋਈ ਬੰਦਾ ਨਾ ਜਿੱਤਿਆ, ਦੇਖੋ ਵੀ ਇਹਨਾਂ ਦਾ ਡਿਸਟੈਂਸ ਰਿਸ਼ਤੇਦਾਰ ਉਹ ਵੀ ਆ ਗਿਆ। ਤੋ ਹੁਣ ਹੋਇਆ ਕੀ, ਹੁਣ ਹੋਇਆ ਇਹ ਕਿ ਵੱਡੇ ਰਾਜਕੁਮਾਰ ਨੇ ਛੋਟੇ ਰਾਜਕੁਮਾਰ ਦੀ ਮਦਦ ਹੀ ਨਹੀਂ ਕੀਤੀ, ਉਸਨੇ ਵੀ ਪੋਲੀਟਿਕਸ ਖੇਡੀ, ਉਹ ਆਪ ਤੇ ਲੜ ਨਹੀਂ ਸੀ ਸਕਦਾ, ਪਹਿਲੇ ਉਹ ਆਪ ਲੜਨਾ ਚਾਹੁੰਦਾ ਸੀ, ਅਕਾਲ ਤਖ਼ਤ ਤੋਂ ਆਦੇਸ਼ ਆ ਗਿਆ ਕਿ ਅਕਾਲੀ ਦਲ ਤੇ ਚੋਣ ਲੜ ਸਕਦਾ, ਪਰ ਸੁਖਬੀਰ ਬਾਦਲ ਤਨਖਾਹੀਆ ਜੋ ਹੈ ਉਹ ਚੋਣ ਨਹੀਂ ਲੜ ਸਕਦਾ। ਅਕਾਲ ਤਖ਼ਤ ਦੀ ਪਾਬੰਦੀ ਅੱਗੇ ਉਹਨਾਂ ਨੂੰ ਸਿਰ ਝੁਕਾਉਣਾ ਪਿਆ, ਉਹਨਾਂ ਨੇ ਅਕਾਲ ਤਖ਼ਤ ਨੂੰ ਬਦਨਾਮ ਕਰਨ ਲਈ ਕਹਿਤਾ ਵੀ ਅਸੀਂ ਚੋਣ ਨਹੀਂ ਲੜ, ਅਸੀਂ ਬਾਈਕਾਟ ਕੀਤਾ, ਚਾਰੋਂ ਸੀਟਾਂ ਤੇ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ। ਸੋ ਲੋਕਾਂ ਨੂੰ ਬੜੀ ਉਮੀਦ ਸੀ ਕਿ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਵਾਏਗਾ ਸੁਖਬੀਰ ਬਾਦਲ। ਸੁਖਬੀਰ ਬਾਦਲ ਨੇ ਵੋਟਾਂ ਇਸ ਲਈ ਨਹੀਂ ਪਵਾਈਆਂ, ਜੇ ਜਿੱਤ ਜਾਂਦਾ ਤੇ ਫੇਰ ਇਸਦਾ ਇਸ ਸੀਟ ਤੇ ਕਬਜ਼ਾ ਹੋ ਜਾਣਾ ਸੀ, ਅੱਗੇ 3 ਵਾਰੀ ਜਿੱਤ ਸੁੱਕਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ। ਤੋ
ਇਹ ਕਹਾਣੀ ਹੈ ਛੋਟੇ ਰਾਜਕੁਮਾਰ ਦੀ, ਗੁਰਦਾਸ ਬਾਦਲ ਦੇ ਪੁੱਤਰ ਦੀ, ਜਿਨ੍ਹਾਂ ਨੂੰ ਥਾਲੀ 'ਚ ਪੜੋਸ ਕੇ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਿਆਸਤ ਵਿੱਚ ਮੰਤਰੇ ਵੀ ਦਿੱਤੀਆਂ ਤੇ ਉਹਨਾਂ ਨੂੰ ਜਿੱਤਣ ਵਾਲੀਆਂ ਸੀਟਾਂ ਵੀ ਦਿੱਤੀਆਂ। ਹੁਣ ਦੂਜੇ ਪਾਸੇ ਤੁਸੀਂ ਦੇਖਿਆ ਸੁਖਬੀਰ ਬਾਦਲ ਦਾ ਹਾਲ ਕੀ ਹੈ। ਸੁਖਬੀਰ ਬਾਦਲ ਵੀ ਰਾਜਕੁਮਾਰ ਹੈ, ਉਹਨੇ ਵੀ ਕੋਈ ਮਿਹਨਤ ਕਰਕੇ ਸਿਆਸਤ ਵਿੱਚ ਆਪਣੀ ਪਦਵੀ ਨਹੀਂ ਪ੍ਰਾਪਤ ਕੀਤੀ, ਨਾ ਉਹ ਜੇਲ੍ਹਾਂ 'ਚ ਗਿਆ, ਨਾ ਰੈਜੀਟੇਸ਼ਨ ਕੀਤੀਆਂ, ਨਾ ਧਰਨੇ ਦਿੱਤੇ। ਤੋਂ ਵੱਡੇ ਰਾਜਕੁਮਾਰ ਨੂੰ ਸਾਰਾ ਕੁਝ ਚਾਂਦੀ ਦੀ ਥਾਲੀ ਵਿੱਚ ਪੜੋਸ ਕੇ ਉਹਦੇ ਪਿਤਾ ਜੀ ਨੇ ਦੇ ਦਿੱਤਾ। ਤੋ ਉਹਦੇ ਕੋਲ ਕੋਈ ਦੂਰ ਦ੍ਰਿਸ਼ਟੀ ਨਹੀਂ ਸਿਆਸਤ ਦੀ, ਪੰਜਾਬ ਦੀ, ਨਾ ਉਹਦੇ ਕੋਲ ਕੋਈ ਵੋਟਾਂ ਬਟੋਰਨ ਦੀ ਜੋ ਸਕਿੱਲ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਲੋਕਾਂ ਨੂੰ ਬੁੱਧੂ ਬਣਾਉਣ ਦੀ, ਵੋਟਾਂ ਬਟੋਰਨ ਦੀ, ਉਹ ਵੀ ਨਹੀਂ ਸੀ। ਤੋ ਹੁਣ ਇਹ ਜਿਹੜਾ ਰਾਜਕੁਮਾਰ ਹੈ ਸੁਖਬੀਰ ਬਾਦਲ, ਇਹ ਹੁਣ ਤਨਖਾਹੀ ਹੈ, ਪਿਛਲੇ 3 ਮਹੀਨੇ ਦਾ ਟੱਕਰਾ ਮਾਰ ਰਿਹਾ ਔਰ ਅਕਾਲ ਤਖ਼ਤ ਨੂੰ ਇਹਨਾਂ ਨੇ ਕਈ ਤਰੀਕਿਆਂ ਨਾਲ ਦਬਾਇਆ, ਧਮਕਾਇਆ ਵੀ, ਵਲਟੋਏ ਨੂੰ ਵੀ ਵਰਤਿਆ ਤੇ ਵਲਟੋਏ ਨੇ ਵੀ ਬਿਨ ਬੁਲਾਏ ਜਾ ਪਹੁੰਚਿਆ ਬਿਮਾਰੀ ਦੇ ਘਰ। ਬਿਮਾਰੀ ਦੇ ਬਹਾਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਜੀ ਦੇ ਘਰ ਤੇ ਉਹਨਾਂ ਨੂੰ ਧਮਕੀ ਦੇ ਕੇ ਆਇਆ ਵੀ ਜੇ ਤੁਸੀਂ ਸੁਖਬੀਰ ਨੂੰ ਸਿਆਸੀ ਸਜ਼ਾ ਦਿੱਤੀ, ਹੋਰ ਕੋਈ ਕੁਝ ਕਰੇ ਨਾ ਕਰੇ, ਮੈਂ ਖੰਡਾ ਖੜਕਾਉਂ। ਤੋ ਇਹ ਦਬਕਾ ਮਾਰ ਕੇ ਆ ਗਿਆ। ਤੋ ਹੁਣ ਦਬਕੇ ਦਾ ਸਿੱਟਾ ਤੁਸੀਂ ਦੇਖ ਲਿਆ, ਉਹਨੂੰ 10 ਸਾਲ ਚੋਂ ਉਹਨਾਂ ਨੇ ਬਾਦਲ ਅਕਾਲੀ ਦਲ ਚੋਂ ਕਢਵਾ ਤਾ। 10 ਸਾਲ ਉਹ ਕੋਈ ਸਿੱਖ ਪੰਥ ਦੀ ਕੋਈ ਸਿਆਸਤ ਵਿੱਚ ਨਾ ਪਦਵੀ ਲੈ ਸਕਦਾ, ਨਾ ਹਿੱਸਾ ਲੈ ਸਕਦਾ, ਉਹਦੇ ਰਾਹੀਂ ਜਥੇਦਾਰਾਂ ਨੂੰ ਕਾਫੀ। ਸੋ ਹੁਣ ਸੁਖਬੀਰ ਬਾਦਲ ਦੀ ਜਿਹੜੀ ਕਹਾਣੀ ਹੈ ਉਹ ਤੇ ਕਾਫੀ ਤੁਹਾਨੂੰ ਪਤਾ ਹੈ। ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਬਲੈਕਮੇਲ ਕਰਨ ਦੀ, ਉਹਦੇ 'ਚ ਵੱਡਾ ਰੋਲ ਪਲੇ ਕੀਤਾ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ, ਉਹਨਾਂ ਦੇ ਨਾਲ ਸੀਗੇ ਡਾਕਟਰ ਦਲਜੀਤ ਚੀਮਾ, ਔਰ ਅਕਾਲ ਤਖ਼ਤ ਸਾਹਿਬ ਦੇ ਅੱਖਾਂ 'ਚ, ਜਥੇਦਾਰ ਸਾਹਿਬਾਨਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਅਖੀਰ ਤੇ ਸੁਖਬੀਰ ਬਾਦਲ ਨੇ ਰਿਜ਼ਾਈਨ ਦੇ ਦਿੱਤਾ ਪ੍ਰੈਜ਼ੀਡੈਂਟਸ਼ਿਪ ਤੋਂ, ਪਾਰਟੀ ਦੀ ਬਾਦਲ ਅਕਾਲੀ ਦਲ ਦਾ ਪ੍ਰਧਾਨਗੀ ਤੋਂ। ਤੇ ਭੂੰਦੜ ਨੂੰ ਜਿਹੜਾ ਉਹਨਾਂ ਨੇ ਕਾਰਜਕਾਰੀ ਲਾਇਆ ਸੀ ਪ੍ਰਧਾਨ, ਜਦੋਂ ਉਹਦੇ ਕੋਲ ਗਿਆ ਤੇ ਉਸ ਨੂੰ ਉਹ ਵਰਕਿੰਗ ਕਮੇਟੀ 'ਚ ਲੈ ਗਏ। ਵਰਕਿੰਗ ਕਮੇਟੀ ਨੇ ਰਿਜੈਕਟ ਕਰਤਾ ਵੀ ਇਹ ਨਹੀਂ, ਅਸੀਂ ਜਥੇਦਾਰਾਂ ਦੀ ਕਮੇਟੀ ਨੂੰ ਪੁੱਛਾਂਗੇ, ਡਿਸਟ੍ਰਿਕਟ ਦੇ ਜਿਹੜੇ ਹੈੱਡ ਹੁੰਦੇ ਨੇ ਜਥੇਦਾਰ ਡਿਸਟ੍ਰਿਕਟ ਦੇ, ਉਹਨਾਂ ਦੀ ਮੀਟਿੰਗ ਬੁਲਾਵਾਂਗੇ, ਯੂਥ ਅਕਾਲੀ ਦਲ ਦੀ ਮੀਟਿੰਗ, ਕਿਉਂਕਿ ਯੂਥ ਅਕਾਲੀ ਦਲ 'ਚ ਸਾਰੇ ਚਹੇਤੇ ਨੇ ਸੁਖਬੀਰ ਬਾਦਲ ਦੀ, ਉਹਦੀਆਂ ਨਿਯੁਕਤੀਆਂ ਕੀਤੀਆਂ ਹੋਈਆਂ ਨੇ, ਕੋਈ ਨਾਮੀਨੇਟਿਡ ਲੋਕ ਹਨ, ਇਹਨਾਂ ਦੀ ਕੋਈ ਇਲੈਕਸ਼ਨ ਨਹੀਂ ਹੋਈ। ਸੋ ਹੁਣ ਤੁਸੀਂ
ਜਿਹੜੀ ਗੱਲ ਅਖੀਰ ਤੇ ਹੈ, ਜਦੋਂ ਕੋਈ ਚਾਰਾ ਨਾ ਚੱਲਿਆ ਤੇ ਸੁਖਬੀਰ ਬਾਦਲ ਨੇ ਅਖੀਰ ਤੇ ਅਕਾਲ ਤਖ਼ਤ ਸਾਹਿਬ ਨੂੰ ਇਹ ਲਿਖ ਕੇ ਦਿੱਤਾ ਕਿ ਮੈਂ ਅਕਾਲੀ ਦਲ ਤੋਂ ਰਿਜ਼ਾਈਨ ਕਰ ਰਿਹਾ। ਦੋ ਚਿੱਠੀਆਂ ਦਿੱਤੀਆਂ ਇਹਨੇ, ਜਿਹੜੀ ਚੌਥੀ ਚਿੱਠੀ ਦਿੱਤੀ ਉਹਦੇ ਨਾਲ ਅਕਾਲੀ ਦਲ ਦਾ ਦੀ ਪ੍ਰਧਾਨਗੀ ਤੋਂ ਰਿਜ਼ਾਈਨ ਦੀ ਚਿੱਠੀ ਵੀ ਫੜਾਤੀ ਅਕਾਲ ਤਖ਼ਤ ਸਾਹਿਬ ਤੋਂ, ਵੀ ਮੇਰਾ ਤੇ ਹੁਣ ਮੈਨੂੰ ਸਜ਼ਾ ਦਿਓ। ਤਾਂ ਉਹਦੇ ਚ ਹੋਇਆ ਕੀ ਹੈ, ਅਕਾਲ ਤਖ਼ਤ ਸਾਹਿਬ ਨੇ ਜਲਦੀ ਹੀ ਸਾਰੇ ਗੁਨਾਹਗਾਰਾਂ ਨੂੰ, ਜਿਨ੍ਹਾਂ ਦੇ ਸਗੀਨ ਗੁਨਾਹਗਾਰ ਵੀ ਹਨ ਤੇ ਜਿਨ੍ਹਾਂ ਦੇ ਥੋੜੇ ਵੀ ਹਨ, ਹਾਂਜੀ, ਸਾਰਿਆਂ ਨੂੰ ਬੁਲਾ ਲਿਆ ਅਕਾਲ ਤਖ਼ਤ ਤੇ। ਕੋਈ 50 ਤੋਂ ਵੱਧ ਅਕਾਲੀ ਦਲ ਦੇ ਲੀਡਰ, ਸੁਧਾਰ ਲਹਿਰ ਦੇ ਲੀਡਰ, 17 ਮਨਿਸਟਰ ਇਹ ਪੇਸ਼ ਹੋਣਗੇ 2 ਤਰੀਕ 1 ਵਜੇ ਅਕਾਲ ਤਖ਼ਤ ਸਾਹਿਬ ਦੇ। ਔਰ ਸੁਖਬੀਰ ਬਾਦਲ ਦੀ ਇਹ ਜੋ ਵੱਡਾ ਰਾਜਕੁਮਾਰ ਹੈ, ਉਸ ਦੀ ਹਾਲਤ ਵੀ ਤੁਸੀਂ ਦੇਖ ਚੁੱਕੇ ਹੋ ਕਿ ਉਹਦੀਆਂ 10 ਸੀਟਾਂ ਤੇ ਅਸੈਂਬਲੀ 'ਚ ਜ਼ਮਾਨਤਾਂ ਜ਼ਬਤ ਹੋਈਆਂ। ਇਹ ਬਾਦਲ ਸਾਹਿਬ ਦੇ ਰਾਜਕੁਮਾਰ ਹਨ ਤੇ ਰਾਜਕੁਮਾਰਾਂ ਨੂੰ ਤੁਸੀਂ ਦੇਖੋ, ਬਾਦਲ ਸਾਹਿਬ ਨੇ ਤੇ ਬਣਾ ਦਿੱਤਾ ਪਰ ਲੋਕਾਂ ਨੇ ਰਿਜੈਕਟ ਕਰਤਾ, ਕਰਤਾ ਰਿਜੈਕਟ। 4 ਇਲੈਕਸ਼ਨਾਂ ਹਾਰ ਗਿਆ ਸੁਖਬੀਰ, 5ਵੀਂ ਲੜਨ ਦੀ ਹਿੰਮਤ ਨਹੀਂ ਪਈ, ਕੈਂਡੀਡੇਟ ਨਹੀਂ ਖੜੇ ਕੀਤੇ। ਔਰ ਹੁਣ ਇਹ ਜੋ ਹੋਣਾ ਹੈ 2 ਤਰੀਕ ਫੈਸਲਾ, ਇਹਦੇ ਬਹੁਤ ਔਖਾ ਸਮਾਂ ਸੁਖਬੀਰ ਬਾਦਲ ਲਈ। ਮਨਪ੍ਰੀਤ ਬਾਦਲ ਨੂੰ ਵੀ ਮਨਿਸਟਰ ਹੋਣ ਕਰਕੇ ਬੁਲਾਇਆ ਗਿਆ। ਹੁਣ ਇਹ ਨਹੀਂ ਪਤਾ ਵੀ ਜਿਹੜਾ ਸਿੱਖ ਦੀ ਗਿਰਾਵਟ ਆ ਗਈ, ਜਿਸ ਸਿੱਖ ਅੰਮ੍ਰਿਤਧਾਰੀ ਸਿੱਖ ਤੇ ਅੰਮ੍ਰਿਤ ਛਕਣ ਤੋਂ ਬਾਅਦ ਜਿਸਨੇ ਦਾੜੀ ਟ੍ਰਿਮ ਕੀਤੀ ਹੋਈ ਹੈ, ਮੈਨੂੰ ਇਹ ਨਹੀਂ ਪਤਾ ਉਹਦੇ ਸਿਰ ਦੇ ਵਾਲ ਹੈਗੇ ਕਿ ਨਹੀਂ, ਪਰ ਇਹ ਬਠਿੰਡੇ ਵਾਲੇ ਪਾਸੇ ਰਿਵਾਜ ਹੈ ਵੀ ਸਿਰ ਦੇ ਵਾਲ ਵੀ ਕੱਟੋ, ਪਗੜੀ ਵੀ ਰੱਖੋ, ਦਾੜੀ ਤਾਂ ਕੱਟੀ ਹੋਈ ਹੈ, ਚਲੋ ਸਿਰ ਦਾ ਛੱਡੋ ਖਹਿੜਾ, ਤੇ ਕਿਰਪਾਨ ਵੀ ਕਿੱਥੇ ਹੈ ਕੋਈ ਪਤਾ ਨਹੀਂ। ਕਦੋਂ ਪਤਿਤ ਹੋਇਆ ਇਹਦੀ ਡੇਟ ਮੈਨੂੰ ਨਹੀਂ ਪਤਾ, ਨਹੀਂ ਤੇ ਮੈਂ ਤੁਹਾਨੂੰ ਦੱਸਦਾ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦੂਜੀ ਵਾਰੀ ਇਹਨੂੰ ਬਣਾਇਆ ਮਨਿਸਟਰ, ਤੇ ਪਤਿਤ ਨੂੰ ਹੀ ਬਣਾਇਆ, ਉਹਨਾਂ ਨੇ ਇਹ ਨਹੀਂ ਕਿਹਾ ਛੋਟੇ ਰਾਜਕੁਮਾਰ ਅਰੇ ਤੁਮ ਕਿਆ ਗੁੱਸਾ ਕੀ ਕਰਤੇ ਹੋ, ਆਪ ਪਤਿਤ ਹੋ ਗਏ। ਸੋ ਹੁਣ ਮੈਂ ਇਸ ਬਾਰੇ ਜੋ ਤੁਹਾਨੂੰ ਦੱਸ ਰਿਹਾ ਕਿ ਇਹ ਜੋ ਹੁਣ ਬੁਲਾਏ ਗਏ ਇਹਨਾਂ ਵਿੱਚ ਬੜੀ ਹੀ ਇਹਨਾਂ ਦੀ ਦੁਰਗਤੀ ਹੋਣੀ ਹੈ, ਕਿਉਂਕਿ ਇਹ ਕੱਲ ਪਰਸੋਂ ਯਾਨੀ 2 ਤਰੀਕ ਨੂੰ ਇਹ ਫੈਸਲਾ ਹੋਏਗਾ, ਇਹਨਾਂ ਨੂੰ ਖੜਾ ਕੀਤਾ ਜਾਏਗਾ। ਮਨਪ੍ਰੀਤ ਬਾਦਲ ਆਏਗਾ ਕਿ ਨਹੀਂ ਆਏਗਾ ਇਹਦਾ ਨਹੀਂ ਪਤਾ, ਕਿਉਂਕਿ ਮਨਪ੍ਰੀਤ ਬਾਦਲ ਦਾ ਬੇਟਾ ਰਾਜਕੁਮਾਰ ਦਾ ਵੀ ਅੱਗੇ ਜਿਹੜਾ ਤੀਜੀ ਪੋਸਟ,
ਉਸ ਨੂੰ ਜਿਹੜਾ ਉਹਨਾਂ ਨੇ ਬਾਬੇ ਉਹਨੂੰ ਅਪਰੋਚ ਕੀਤਾ ਨਾ ਰਾਮ ਰਹੀਮ ਨੂੰ ਵੋਟਾਂ ਲਈ, ਉਸ ਗੁਨਾਹ 'ਚ ਉਸ ਨੂੰ ਅਕਾਲ ਤਖ਼ਤ ਤੇ ਬੁਲਾਇਆ ਗਿਆ, ਪਰ ਉਹ ਹਲੇ ਤੱਕ ਨਹੀਂ ਗਿਆ, ਉਹ ਵੀ ਪਤਿਤ ਆ। ਹੁਣ ਇਹ ਨਹੀਂ ਪਤਾ ਕਿ 2 ਤਰੀਕ ਮਨਪ੍ਰੀਤ ਬਾਦਲ ਆਪਣੇ ਇਸ ਪਤਿਤ ਰੂਪ ਵਿੱਚ ਉੱਥੇ ਜਾਏਗਾ ਕਿ ਨਹੀਂ ਜਾਏਗਾ। ਸੋ ਇਹ ਅੱਜ ਦੀ ਸਾਡੀ ਹੈਗੀ ਹੈ ਵੀਡੀਓ, ਇਹ ਹੈ 2 ਰਾਜਕੁਮਾਰਾਂ ਦੀ ਅੰਤ ਦੀ ਕਹਾਣੀ। ਇਹਨਾਂ ਦਾ ਹੁਣ ਸਿਆਸਤ ਵਿੱਚ ਜੋ ਅੰਤ ਕੀਤਾ, ਬੁਰਾ ਹਾਲ ਕੀਤਾ, ਕਦੀ ਤੁਸੀਂ ਸੋਚ ਸਕਦੇ ਸੀ 5 ਸਾਲ ਪਹਿਲੇ ਕਿ ਮਨਪ੍ਰੀਤ ਬਾਦਲ ਦੀ ਜ਼ਮਾਨਤ ਜ਼ਬਤ ਹੋ ਜਾਏਗੀ? ਹੋ ਗਈ। ਕਿੰਨੀਆਂ ਥੋੜੀਆਂ ਵੋਟਾਂ ਪਈਆਂ, ਬੜੀ ਸ਼ੇਰੋ ਸ਼ਾਇਰੀ ਕੀਤੀ, ਬੜਾ ਕਿਹਾ ਮੈਨੂੰ, ਬੜੇ ਬੇਦਰਵਾ ਦੇ ਲੋਕ ਮੈਨੂੰ ਬੜਾ ਪਿਆਰ ਕਰਦੇ। ਚਲੋ ਉਹਨਾਂ ਨੇ ਕਿਹਾ ਠੀਕ ਹੈ ਭਾਈ, ਕਿਉਂਕਿ ਇੱਕ ਗੱਲ ਸਾਨੂੰ ਸਭ ਨੂੰ ਸਮਝ ਲੈਣੀ ਚਾਹੀਦੀ ਹੈ, ਰਾਜਕੁਮਾਰਾਂ ਨੂੰ ਵੀ ਸਮਝਣੀ ਚਾਹੀਦੀ ਹੈ ਤੇ ਹੋਰ ਸਿਆਸਤਦਾਨਾਂ। ਜਿਹੜੀ ਪੰਥਕ ਸੋਚ ਵਾਲੇ ਵੋਟਰ ਹੈ, ਪੰਥ ਹੈ, ਉਹ ਇਹਨਾਂ ਬਾਦਲਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ। ਇਸੇ ਕਰਕੇ ਜਿਹੜੀਆਂ ਵੋਟਾਂ ਦੀ ਇਹਨਾਂ ਨੂੰ ਉਮੀਦ ਸੀ ਤੇ 12,000 ਤੋਂ ਉੱਪਰ ਨਿਕਲੀਆਂ, 13,000 ਤੋਂ ਥੱਲੇ। ਤੁਸੀਂ ਕਦੀ ਸੋਚ ਸਕਦੇ ਹੋ ਜੇ ਮਨਪ੍ਰੀਤ ਬਾਦਲ ਨੂੰ ਇਹ ਪਤਾ ਹੁੰਦਾ ਕਿ ਉਸ ਦਾ ਇਸ ਇਲੈਕਸ਼ਨ 'ਚ ਜ਼ਮਾਨਤ ਜ਼ਬਤ ਹੋ ਜਾਣੀ ਹੈ, ਮੈਂ ਤੁਹਾਨੂੰ ਸ਼ਰਤੀਆਂ ਲਿਖ ਦਿੰਦਾ, ਚਾਹੇ ਉਸਨੂੰ ਹੋਰ ਕੋਈ ਬਹਾਨਾ ਲਾਉਣਾ ਪੈਂਦਾ ਬਿਮਾਰੀ ਦਾ ਕਿਸੇ ਚੀਜ਼ ਦਾ, ਉਹਨੇ ਇਹ ਚੋਣ ਨਹੀਂ ਸੀ ਲੜਨੀ। ਉਹਨੂੰ ਬੜੀ ਆਸ ਸੀ ਕਿ ਉਹ ਇੱਥੋਂ ਚੋਣ ਜਿੱਤ ਜਾਏਗਾ, ਉਹਦਾ ਸਾਰਾ ਲੁਗੱਤਮ ਮਹੱਤਮ, ਸਾਰਾ ਮੈਥਮੈਟਿਕਸ ਫੇਲ ਹੋ ਗਿਆ, ਜ਼ਮਾਨਤ ਜ਼ਬਤ ਹੋ ਗਈ। ਹੁਣ ਇਹ ਰਾਜਕੁਮਾਰ ਜਿਹੜੇ ਇਹਨਾਂ ਦੀ ਲੋਕਾਂ 'ਚ ਕੋਈ ਥਾਂ ਨਹੀਂ, ਇਹਨਾਂ ਦਾ ਕੋਈ ਇੱਜ਼ਤ ਮਾਣ ਨਹੀਂ, ਉਹ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਜੇਕਰ ਇਹ ਜਾਏਗਾ, ਜਾ ਸਕਦਾ ਕਿ ਨਹੀਂ, ਪਤਤ ਅਕਾਲ ਤਖ਼ਤ ਹੈ, ਪਰ ਅਕਾਲ ਤਖ਼ਤ ਨੇ ਜਿਹੜੀ ਚਿੱਠੀ ਪਾਈ ਹੈ 17 ਮਿਨਿਸਟਰਾਂ ਦੀ, ਉਹਦੇ ਵਿੱਚ ਇਹਦਾ ਨਾਂ ਹੈਗਾ। ਜਾਂਦਾ ਕਿ ਨਹੀਂ ਜਾਂਦਾ, ਜਾਂ ਅਕਾਲ ਤਖ਼ਤ ਕੀ ਵਿਊ ਬਣਾਉਂਦਾ, ਇਹ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਵਾਨ ਜਦੋਂ ਬੈਠ ਕੇ ਆਖਰੀ ਫੈਸਲਾ ਲੈਣਗੇ, ਉਦੋਂ ਸਾਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਕੀ ਹਾਲਤ ਹੈ। ਵੋਟਰਾਂ ਨੇ ਤੇ ਕਰ ਦੀ ਜ਼ਮਾਨਤਾਂ ਜ਼ਬਤ ਕਰਕੇ, ਦੋਨਾਂ ਵੱਡਾ ਰਾਜਕੁਮਾਰ ਤੇ ਛੋਟਾ ਰਾਜਕੁਮਾਰ ਦੋਨੋਂ ਭੇਜ। ਅਬ ਨਾ ਆਗੇ ਹੈ ਸਰਕਾਰ, ਨਾ ਮੇਰੇ ਪਿੱਛੇ ਹੈ ਸਰਕਾਰ, ਪਰ ਫਿਰ ਵੀ ਹਮ ਹੈ ਰਾਜਕੁਮਾਰ। ਸੁਖਬੀਰ ਬਾਦਲ ਤੇ ਐਂ ਹੀ ਸੋਚਦਾ, ਰਾਜਕੁਮਾਰ ਹੈ ਮੈਨੂੰ ਦਿਓ, ਉਹਦੇ ਜਿਹੜੇ ਚਮਚੇ ਨੇ ਉਹ ਕਹਿੰਦੇ ਨੇ ਇਹਦੇ ਬਿਨਾਂ ਪਾਰਟੀ ਚੱਲ ਹੀ ਨਹੀਂ ਸਕਦੀ, ਅਕਾਲੀ ਦਲ ਚੱਲ ਹੀ ਨਹੀਂ ਸਕਦਾ। ਉਹ ਬਾਈ ਬਾਦਲ ਅਕਾਲੀ ਦਲ ਨਹੀਂ ਚੱਲ ਸਕਦਾ, ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਜਦੋਂ ਉਹ ਬਾਦਲ ਮੁਕਤ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅਸਲੀ ਬਣੇਗਾ, ਤਾਂ ਤੁਸੀਂ ਦੇਖੋਗੇ ਸਾਰੇ ਪੰਥਕ ਵੋਟਰ, ਸਾਰੇ ਸਿੱਖੀ ਸੋਚ ਰੱਖਣੇ ਵਾਲੇ ਵਾਪਸ ਆ ਜਾਣਗੇ।
ਇਹ ਮੇਰਾ ਪੂਰਾ ਵਿਸ਼ਵਾਸ ਹੈ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨਹੀਂ ਖਤਮ ਹੋ ਸਕਦਾ। ਬਾਦਲ ਅਕਾਲੀ ਦਲ ਤੇ ਖਤਮ ਹੋ ਗਿਆ, ਹੁਣ ਤੇ ਐਵੇਂ ਚਿਮੜੇ ਹੋਏ, ਕਿਉਂਕਿ ਇਹਨਾਂ ਕੋਲ SGPC ਹੈ, ਰਜਿੰਦਰ ਸਿੰਘ ਧਾਮੀ ਇਹਨਾਂ ਲਈ ਠੋਕਰਾਂ ਖਾ ਰਿਹਾ, ਅਕਾਲ ਤਖ਼ਤ ਅੱਗੇ ਝੂਠ ਸੱਚ ਬੋਲ ਕੇ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਜੇ ਸੁਖਬੀਰ ਉੱਪਰ ਜਥੇਦਾਰ ਸਾਹਿਬਾਨ ਨੇ ਲੀਨੀਅਟ ਵਿਊ ਲਿਆ, ਤਾਂ ਫਿਰ ਜਥੇਦਾਰ ਸਾਹਿਬ ਦਾ ਜੋ ਹਾਲ ਸਿੱਖ ਸੰਗਤਾਂ ਨੇ ਕਰਨਾ ਹੈ ਉਹ ਤੁਹਾਨੂੰ ਪਤਾ ਹੀ ਹੈ। ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਕੋਈ ਵੀ ਭਾਸ਼ਣ ਲਈ ਨਹੀਂ ਬੁਲਾਉਂਦਾ, ਉਹਨਾਂ ਨੂੰ ਕੋਲੋਂ ਲੰਘ ਜਾਣ ਤੇ ਕਈ ਸਿੱਖ ਵਿਸ਼ ਵੀ ਨਹੀਂ ਕਰਦੇ, ਉਹ ਘਰੋਂ ਨਿਕਲਦੇ ਵੀ ਨਹੀਂ। ਜਦੋਂ ਘਰੋਂ ਨਿਕਲਦੇ ਹਨ ਤੇ ਨਾਲ ਆਪਣੇ ਸਿਕਿਉਰਿਟੀ ਗਾਰਡ 4 ਮਿਲੇ ਹੋਏ, ਜੇ ਹੁਣ ਜਥੇਦਾਰਾਂ ਨੇ ਸਿਕਿਉਰਿਟੀ ਗਾਰਡ ਨਾਲ ਲੈ ਕੇ ਹੀ ਚੱਲਣਾ ਤੇ ਫਿਰ ਕਾਹਦੀਆਂ ਜਥੇਦਾਰੀਆਂ, ਫਿਰ ਤੇ ਸਿੱਖੀ ਸ਼ਾਨ ਦੀ ਹੋਰ ਤੁਹੀਨ ਹੋਏਗੀ। ਸੋ ਇਹ ਮੈਂ ਅੱਜ ਇਸ ਚਰਚਾ ਨੂੰ ਸਮਾਪਤ ਕਰਨਾ। ਤੋ ਮੈਂ ਤੁਹਾਨੂੰ ਦੋ ਰਾਜਕੁਮਾਰਾਂ ਦੀ ਕਹਾਣੀ ਸੁਣਾਈ ਹੈ, ਜਿਨ੍ਹਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਤਾ। ਸੁਖਬੀਰ ਬਾਦਲ ਨੇ ਉਹਦੇ ਕਹੇ ਤੇ ਲੋਕ ਵੋਟ ਨਹੀਂ ਪਾਉਂਦੇ, ਪਰ ਉਸ ਨੂੰ ਹਲੇ ਵੀ ਕੋਈ ਸ਼ਰਮ ਨਹੀਂ ਕਿ ਅਕਾਲੀ ਦਲ ਦਾ ਖਹਿੜਾ ਛੱਡੇ ਤੇ ਕਿਸੇ ਹੋਰ ਨੂੰ ਇਹ ਪਦਵੀ ਦੇ। ਉਹਦੀ ਸਾਰੀ ਬੁੱਧੀ, ਉਹਦੀ ਸਾਰੀ ਸੋਚ, ਸਾਰਾ ਘਮੰਡ ਉਹ ਹਮ ਹੈ ਰਾਜਕੁਮਾਰ ਵਾਲਾ, ਇਹ ਹੀ ਰਾਜਕੁਮਾਰ ਵਾਲਾ ਸੀਗਾ ਮਨਪ੍ਰੀਤ ਦਾ, ਬਾਦਲ ਦਾ, ਜਿਹੜਾ ਢਿੱਲੋਂ ਤੋਂ ਬਾਦਲ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ, ਫਿਰ ਉਹਨੂੰ ਅੰਮ੍ਰਿਤ ਛਕਾਇਆ, ਉਹਨੇ ਸਭ ਅੰਮ੍ਰਿਤ ਛੱਡ ਕੇ ਪਤਿਤ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਦੇਖਦੇ ਦਾ ਦੇਖਦਾ ਰਹਿ ਗਿਆ, ਹੁਣ ਉਹ ਹੈ ਨੀ ਇਸ ਦੁਨੀਆਂ ਚ, ਨਹੀਂ ਤੇ ਉਹ ਅੱਜ ਦੇਖਦੇ ਇਹ ਦੂਜਾ ਰਾਜਕੁਮਾਰ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਸੋ ਇਸ ਚਰਚਾ ਨੂੰ ਮੈਂ ਅੱਜ ਇੱਥੇ ਸਮਾਪਤ ਕਰਦਾ। ਤੋ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਹੈ, ਉਮੀਦ ਕਰਦਾ ਇਹ ਤੁਹਾਨੂੰ ਪਸੰਦ ਆਏਗੀ ਅਤੇ ਜਲਦੀ ਹੀ ਇੱਕ ਹੋਰ ਮਹੱਤਵਪੂਰਨ ਮੁੱਦੇ ਤੇ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ। ਧੰਨਵਾਦ, ਸਤਿ ਸ੍ਰੀ ਅਕਾਲ।